ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਰੇਪ ਦੀ ਘਟਨਾ ਨੇ ਜਿੱਥੇ ਪੂਰੇ ਹੀ ਸਮਾਜ ਨੂੰ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਸੀ, ਉੱਥੇ ਹੀ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਹੈਦਰਾਬਾਦ ਪੁਲਿਸ ਜੋ ਹੈ ਅੱਜ ਇੱਕ ਨਵਾਂ ਦਿਨ ਲੈ ਕੇ ਸਭ ਦੇ ਸਾਹਮਣੇ ਪੇਸ਼ ਹੋਈ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਚਾਰੇ ਜੋ ਆਰੋਪੀ ਦੱਸੇ ਜਾ ਰਹੇ ਸੀਗੇ ਉਹਨਾਂ ਨੂੰ ਹੈਦਰਾਬਾਦ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ ਹੈ। ਅਸੀਂ ਜਾਣਾਂਗੇ ਕਿ ਆਖਿਰਕਾਰ ਇਹੋ ਜਿਹੀ ਨੌਬਤ ਹੀ ਕਿਉਂ ਆਉਂਦੀ ਹੈ। ਸਾਡੇ ਨਾਲ ਕਾਨੂੰਨ ਦੀ ਪੜ੍ਹਾਈ ਕਰਨ ਵਾਲੀਆਂ ਲੜਕੀਆਂ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਪੂਰੇ ਮਾਮਲੇ 'ਤੇ ਉਹ ਕੀ ਸੋਚਦੀਆਂ ਨੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਅਨੂ ਬੱਲਾ। ਅਨੂ ਜੀ, ਕੀ ਸੋਚਦੇ ਹੋ ਜਦੋਂ ਇਸ ਤਰੀਕੇ ਦੀ ਘਟਨਾ ਸਾਹਮਣੇ ਆਉਂਦੀ ਹੈ, ਦੇਸ਼ ਇੱਕ ਆਵਾਜ਼ ਉਠਾਉਂਦਾ ਹੈ ਅਤੇ ਅੱਜ ਜੋ ਹੈ ਪੁਲਿਸ ਨੇ ਜੋ ਕੀਤਾ, ਕੀ ਮੰਨਦੇ ਹੋ, ਸਹੀ ਕੀਤਾ? ਮੇਰੇ ਅਕੋਰਡਿੰਗ ਸਰ ਇਹ ਚੀਜ਼ ਬਹੁਤ ਸਹੀ ਹੈ। ਸਭ ਤੋਂ ਪਹਿਲਾਂ ਮੇਰੇ ਵਿਊਜ਼ ਦੇ ਅਕੋਰਡਿੰਗ ਇੱਕ ਬਹੁਤ ਸ਼ਰਮਸਾਰ ਗੱਲ ਹੈ। ਜੋ ਲੋਕ ਆਪਣੇ ਆਪ ਨੂੰ ਮਰਦ ਦੱਸਦੇ ਆ, ਉਹ ਐਕਚੁਅਲ 'ਚ ਮਰਦ ਕਹਾਣ ਦੇ ਲਾਇਕ ਹੀ ਨਹੀਂ ਹੈਗੇ। ਜੋ ਆਪਣੇ ਆਪ ਨੂੰ ਦੱਸਦੇ ਆ, ਹਾਂਜੀ ਅਸੀਂ ਦੇਸ਼ ਦੇ ਲਈ ਆਹ ਕਰ ਸਕਦੇ ਹਾਂ, ਉਹ ਕਰ ਸਕਦੇ ਆ, ਕੀ ਉਹ ਆਪਣੀ ਮਰਦਾਨਗੀ ਰੇਪ ਕਰਕੇ ਪ੍ਰੂਵ ਕਰਦੇ ਆ? ਉਹਨਾਂ ਨੂੰ ਇਸ ਤੋਂ ਚੰਗਾ ਕੋਈ ਹੋਰ ਕੰਮ ਨਹੀਂ ਮਿਲਦਾ ਕਰਨ ਦੇ ਲਈ? ਬਹੁਤ ਗਲਤ ਗੱਲ ਆ ਉਹਨਾਂ ਦੇ ਪਾਰਟ 'ਤੇ ਸਰ। ਐਂਡ ਸਰ, ਸਭ ਤੋਂ ਪਹਿਲਾਂ ਜਿਵੇਂ ਹਰ ਕਿਸੇ ਦੇ ਘਰ ਇਹ ਅਪਰੋਚ ਹੁੰਦੀ ਹੈ ਆਪਣੀਆਂ ਸਿਸਟਰਸ ਨੂੰ, ਆਪਣੀਆਂ ਮਦਰਸ ਨੂੰ ਪ੍ਰੋਟੈਕਟ ਕਰਨ ਦੀ, ਜਿਵੇਂ ਇੱਕ ਪੰਜਾਬੀ ਦੀ ਬਹੁਤ ਆਮ ਜੀ ਕਹਾਵਤ ਹੈ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਹੈ ਨਾ ਸਰ? ਇਹ ਚੀਜ਼ ਸਿਰਫ ਆਪਣੇ ਮਾਇੰਡ 'ਚ ਹੀ ਰਹਿ ਗਈ ਹੋਈ ਆ, ਆਪਾਂ ਇਹਨੂੰ ਇੰਪਲੀਮੈਂਟ ਨਹੀਂ ਕਰਦੇ। ਅਗਰ ਆਪਾਂ ਇਸ ਚੀਜ਼ ਨੂੰ, ਇਸ ਸੋਚ ਨੂੰ ਇੰਪਲੀਮੈਂਟ ਕਰਾਂਗੇ, ਸੰਸਾਰ ਦੇ ਵਿੱਚ ਲੈ ਕੇ ਆਵਾਂਗੇ, ਫਿਰ ਸਰ ਆਪਾਂ ਸਭ ਦੇ ਅਗਰ ਭਲਾਈ ਦੀ ਗੱਲ ਕਰਾਂਗੇ, ਆਪਾਂ ਜਿਵੇਂ ਆਪਣੀਆਂ ਧੀਆਂ ਦੀ ਪ੍ਰੋਟੈਕਸ਼ਨ ਚਾਹੁੰਦੇ ਹਾਂ, ਅਗਰ ਆਪਾਂ ਉਵੇਂ ਹੀ ਪ੍ਰੋਟੈਕਸ਼ਨ ਦੂਜਿਆਂ ਦੀਆਂ ਧੀਆਂ ਦੀ ਵੀ ਕਰਾਂਗੇ, ਇੱਥੋਂ ਤੱਕ ਨੌਬਤ ਹੀ ਨਹੀਂ ਆਊਗੀ। ਰਹੀ ਗੱਲ ਇਨਕਾਊਂਟਰ ਦੀ, ਸਰ ਇੱਕ ਬਹੁਤ ਅੱਛਾ ਸਟੈਪ ਲਿੱਤਾ ਮੇਰੇ ਅਕੋਰਡਿੰਗ ਤਾਂ। ਅਗਰ ਸਰ ਮੇਰੇ ਮਤਲਬ ਜੇ ਆਪਾਂ ਦੇਖੀਏ ਕਿ ਜਦੋਂ ਇੱਕ ਅਪਰਾਧੀ ਹੁੰਦਾ ਉਹ ਮੰਨ ਲੈਂਦਾ ਵਾ ਕਿ ਹਾਂ ਮੈਂ ਇਹ ਚੀਜ਼ ਕੀਤੀ ਹੈ, ਫਿਰ ਸਰ ਟ੍ਰਾਇਲ ਦਾ ਕੋਈ ਮਤਲਬ ਹੀ ਨਹੀਂ ਬਣਦਾ ਗਾ ਉਹਨਾਂ ਨੂੰ। ਕੋਰਟ ਪ੍ਰੋਸੈਸ ਦੀ ਗੱਲ ਕਰ ਲੈਂਦੇ ਹਾਂ, ਲੰਬਾ ਪ੍ਰੋਸੈਸ ਹੋ ਜਾਂਦਾ ਹੈ, ਪਰ ਇਸ ਵਿੱਚ ਸਭ ਕੁਝ ਜਾਂਚ ਚੱਲ ਰਹੀ ਸੀ। ਉਸ ਦੌਰਾਨ ਹੀ ਪੁਲਿਸ ਜੋ ਹੈ ਉਹਨਾਂ ਨੂੰ ਰੀਕ੍ਰੀਏਸ਼ਨ ਵਾਸਤੇ ਜੋ ਹੈ ਕੇਸ ਨੂੰ ਉੱਥੇ ਉਹਨਾਂ ਨੂੰ ਲੈ ਕੇ ਜਾਂਦੀ ਹੈ। ਪੁਲਿਸ ਦੇ ਅਕੋਰਡਿੰਗ ਉਹ ਲੋਕ ਭੱਜਣ ਦੀ ਕੋਸ਼ਿਸ਼ ਕਰਦੇ ਤੇ ਐਨਕਾਊਂਟਰ ਉਹਨਾਂ ਦਾ ਕਰ ਦਿੱਤਾ ਜਾਂਦਾ ਹੈ। ਦੇਸ਼ ਦੇ ਇਤਿਹਾਸ ਦੀ ਗੱਲ ਕਰ ਰਹੇ ਨਾ, ਬੜਾ ਗੌਰਵਸ਼ਾਲੀ ਇਤਿਹਾਸ ਰਿਹਾ, ਕੀ ਸਮਝਦੇ ਹੋ ਅੱਜ ਜੋ ਕੜੀ ਆਈ ਹੈ, ਕੀ ਇਤਿਹਾਸ ਨਾਲ ਜੁੜ ਕੇ ਵੇਖ ਸਕਦੇ ਇਸ ਚੀਜ਼ ਨੂੰ? ਸਰ ਪੁਰਾਣੇ ਜਿੰਨੇ ਵੀ ਕੇਸਿਸ ਨੇ ਉਹ ਬਹੁਤ ਲੰਬੇ ਚੱਲਦੇ ਆ, ਪਤਾ ਨਹੀਂ ਕਿੰਨੇ ਕਿੰਨੇ ਸਾਲ ਚੱਲਦੇ, ਅਤੇ ਜਸਟਿਸ ਆਈ ਡੋਂਟ ਥਿੰਕ ਮਿਲਦਾ। ਜਿਨ੍ਹਾਂ ਨੂੰ ਫਾਂਸੀ ਦੀ ਵੀ ਸਜ਼ਾ ਸੁਣਾਈ ਜਾਂਦੀ ਹੈ ਉਹਨਾਂ ਦੇ ਵੀ ਵੇਟਿੰਗ 'ਤੇ ਹੀ ਫਾਂਸੀ ਦੀ ਸਜ਼ਾ ਹੁੰਦੀ ਹੈ, ਕਿ ਪਤਾ ਨਹੀਂ ਕਿੰਨੇ ਕਿੰਨੇ ਲੋਕ ਹਲੇ ਵੇਟਿੰਗ 'ਤੇ ਹੁੰਦੇ ਆ, ਅਤੇ ਜੇ ਇਹਨਾਂ ਨੂੰ ਵੀ ਉਹ ਚੀਜ਼ ਸੁਣਾਈ ਵੀ ਜਾਂਦੀ ਤਾਂ ਇਹਨਾਂ ਦੇ ਵੀ ਪਹਿਲਾਂ ਤਾਂ ਬਹੁਤ ਲੰਬਾ ਕੇਸ ਜਾਣਾ ਸੀ। ਨਾਲੇ ਪੁਲਿਸ ਨੂੰ ਪਤਾ ਹੀ ਆ ਇਹਨਾਂ ਨੇ ਕੀਤਾ ਹੀ ਆ, ਉਹਨਾਂ ਦੇ ਖਿਲਾਫ਼ ਪਰੂਫ ਹੈਗੇ ਹੀ ਆ, ਅਤੇ ਜੇ ਉਸ ਚੀਜ਼ ਨੂੰ ਕਰਕੇ ਉਹਨਾਂ ਨੇ ਇਨਕਾਊਂਟਰ ਕੀਤਾ, ਬਿਲਕੁਲ ਸਹੀ ਕੀਤਾ, ਕੋਈ ਗਲਤ ਨਹੀਂ ਹੈਗਾ। ਕਿਉਂਕਿ ਜੇ ਫਾਂਸੀ ਦੀ ਸਜ਼ਾ ਵੀ ਹੁੰਦੀ ਸ਼ਾਇਦ ਉਹਨਾਂ ਨੂੰ, ਚਲੋ ਦਰਦ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਉਹਨਾਂ ਨੂੰ, ਇੰਨਾ ਦਰਦ ਹੋਊਗਾ ਜਾਂ ਨਹੀਂ ਹੋਊਗਾ ਉਹ ਚੀਜ਼ ਅਸੀਂ ਕਹਿ ਹੀ ਨਹੀਂ ਸਕਦੇ, ਪਰ ਜੇ ਉਹ ਕੇਸਿਸ ਚੱਲਦੇ ਵੀ, ਕਿਉਂ ਕਿਸੇ ਦੇ ਮਨ 'ਚ ਡਰ ਨਹੀਂ ਹੈਗਾ, ਇਸੇ ਲਈ ਡਰ ਨਹੀਂ ਹੈਗਾ ਕਿਉਂਕਿ ਕੇਸਿਸ ਬਹੁਤ ਲੰਬੇ ਜਾਣੇ, ਆਪਾਂ ਨੂੰ ਕਿਹੜਾ ਸਜ਼ਾ ਹੋਣੀ ਹੈ, ਬੇਲ ਮਿਲ ਜੂਗੀ, ਇਹ ਹੋ ਜੂਗਾ, ਕਈ ਵਾਰ ਮਾਈਨਰ ਏਜ ਵੇਖੀ ਜਾਂਦੀ ਆ, ਉਹਨਾਂ ਨੂੰ ਵੀ ਕੋਈ ਖਾਸ ਸਜ਼ਾ ਨਹੀਂ ਹੁੰਦੀ, ਅਤੇ ਇਸ ਲਈ ਬਿਲਕੁਲ ਸਹੀ ਸਟੈਪ ਹੈ ਜੋ ਵੀ ਸਟੈਪ ਹੈ, ਕਿਉਂਕਿ ਜੇ ਉਹ ਆਹ ਚੀਜ਼ ਕਰਦੇ ਆ ਉਹ ਨਾ ਮਾਈਨਰ ਕਹਿਣ ਦੇ ਹੱਕ ਨੇ, ਨਾ ਉਹਨਾਂ ਦੇ ਖਿਲਾਫ਼ ਇੰਨੇ ਕੇਸਿਸ ਲੰਬੇ ਜਾਣੇ ਹੀ ਨਹੀਂ ਚਾਹੀਦੇ, ਅਤੇ ਜੇ ਲੰਬੇ ਕੇਸਿਸ ਜਾਂਦੇ ਇਹੋ ਜਿਹੇ ਲੋਜ਼ ਬਣਨ ਕਿ ਹਾਂ ਕੇਸ ਇੱਕ ਦੋ ਟ੍ਰਾਇਲ ਹੋਣ, ਬਸ ਉਸ ਤੋਂ ਬਾਅਦ ਸਜ਼ਾ ਸੁਣਾ ਦਿੱਤੀ ਜਾਵੇ। ਕੀ ਲੱਗਦਾ ਹੁਣ ਇਸ ਚੀਜ਼ ਨਾਲ ਜੋ ਇਸ ਤਰੀਕੇ ਦੇ ਪ੍ਰਵਰਤੀ ਵਾਲੇ ਲੋਕ ਨੇ, ਕਿਤੇ ਡਰ ਪੈਦਾ ਹੋਊਗਾ ਉਸ 'ਚ? ਸਰ ਅਸੀਂ ਹਮੇਸ਼ਾ ਤੋਂ ਜਿੰਨੇ ਵੀ ਪਿਛਲੇ ਵੀ ਕੇਸਿਸ ਹੋਏ, ਹਮੇਸ਼ਾ ਤੋਂ ਆਹ ਗੱਲ ਆਉਂਦੀ ਹੈ ਕਿ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਊਗੀ, ਤਾਂ ਹੀ ਉਹ ਡਰਨਗੇ, ਅਤੇ ਡਰ ਆਊਗਾ ਸ਼ਾਇਦ ਉਹ ਨਾ ਕਰਨ। ਇੱਕ 'ਚ ਮੈਂ ਮੋਸਟਲੀ ਅਸੀਂ ਕਹਿ ਹੀ ਸਕਦੇ ਹਾਂ ਹਾਂ ਬਹੁਤ ਡਰ ਆਊਗਾ ਉਹਨਾਂ ਦੇ ਮਨ 'ਚ, ਹੁਣ ਡਰ ਹੋਊਗਾ, ਹਾਂ ਬੇਲ ਨਹੀਂ ਮਿਲੂਗੀ, ਕੀ ਪਤਾ ਪੁਲਿਸ ਵਾਲੇ ਸਿੱਧਾ ਹੀ ਖਤਮ ਕਰ ਦੇਣ ਸਾਨੂੰ, ਅਤੇ ਉਹ ਡਰ ਤਾਂ ਆਊਗਾ ਹੀ। ਈਵਨ ਆਹ ਚੀਜ਼ ਨਹੀਂ ਕਿ ਇਸ ਤੋਂ ਜ਼ਿਆਦਾ ਵੀ ਕਠਿਨ ਸਜ਼ਾ ਲੋਅ ਵਿੱਚ ਬਣਾ ਦਿੱਤੀਆਂ ਜਾਣੀਆਂ ਚਾਹੀਦੀ ਹੈ, ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਪੂਰੀ ਪਬਲਿਕ ਨੂੰ ਦੇ ਦੇਣ, ਪਬਲਿਕ ਆਪੇ ਮਾਰ ਦੂਗੀ, ਪਬਲਿਕ ਨੇ ਵੱਟਿਆਂ ਨਾਲ ਹੀ ਮਾਰ ਦੇਣਾ ਉਹਨਾਂ ਨੂੰ, ਪਬਲਿਕ ਦੇ ਮਨ 'ਚੋਂ ਗੁੱਸਾ ਹੁੰਦਾ ਹੈ। ਜਿਸ ਤਰੀਕੇ ਨਾਲ ਅੱਜ ਸੁਬਹ ਸਵੇਰੇ ਦੀ ਗੱਲ ਕਰੀਏ, ਨਿਊਜ਼ ਇਸ ਤਰ੍ਹਾਂ ਸਾਰੇ ਲੋਕ ਵੇਖ ਰਹੇ ਸੀਗੇ, ਤੁਸੀਂ ਵੇਖੀ ਹੋਣੀ ਨਿਊਜ਼ ਕਿ ਇਸ ਤਰੀਕੇ ਨਾਲ ਜੋ ਰੇਪ ਦੇ ਆਰੋਪੀ ਸੀਗੇ ਦੱਸੇ ਜਾ ਰਹੇ ਸੀ ਉਹਨਾਂ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਲੜਕੀਆਂ ਦੀ ਵੈਨ ਉੱਥੋਂ ਜਾ ਰਹੀ ਸੀ, ਪੁਲਿਸ ਨੂੰ ਚੀਅਰਸ ਕਰ ਰਹੇ ਸੀ ਉਹ ਲੋਕ, ਅੱਜ ਪੁਲਿਸ ਦਾ ਮਨੋਬਲ ਵਧਾ ਰਹੇ ਸੀ, ਕੀ ਲੱਗਦੇ ਹੋ ਕਿ ਹੋਰ ਜੋ ਪੁਲਿਸ ਹੈ ਉਹਨਾਂ ਨੂੰ ਸੋਚਣਾ ਪਵੇਗਾ ਇਸ 'ਤੇ ਹੁਣ? ਹਾਂਜੀ, ਮੈਨੂੰ ਇੱਦਾਂ ਲੱਗਦਾ ਹੈ ਕਿ ਮਤਲਬ ਜਿਵੇਂ ਆਪਾਂ ਕਹਿ ਰਹੇ ਸੀ ਕਿ ਪੁਲਿਸ ਤੋਂ ਫੇਧ ਹਟ ਗਈ ਹੈ ਲੋਕਾਂ ਦੀ, ਪਰ ਮੈਨੂੰ ਲੱਗਦਾ ਇਹ ਜਿਹੜੇ ਕੇਸ ਤੋਂ ਬਾਅਦ ਹੈ, ਜਿਹੜਾ ਐਨਕਾਊਂਟਰ ਕੀਤਾ ਇਹਨਾਂ ਨੇ, ਇਸ ਤੋਂ ਬਾਅਦ ਪੁਲਿਸ ਵਿੱਚ ਫੇਧ ਜ਼ਿਆਦਾ ਆ ਚੁੱਕੀ ਹੈ ਪਬਲਿਕ ਦੇ ਵਿੱਚ, ਅਤੇ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜੇ ਵਿਕਟਮਸ ਨੇ ਹੈਗੇ ਉਹ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਆਪਦਾ ਜਸਟਿਸ ਲੈਣ ਦੇ ਵਿੱਚ, ਅਤੇ ਹੁਣ ਜਿਵੇਂ ਪੁਲਿਸ ਨੇ ਕੀਤਾ, ਮੈਨੂੰ ਲੱਗਦਾ ਕਿ
ਜਿਹੜੇ ਓਫੈਂਡਰਸ ਨੇ ਉਹਨਾਂ ਦੇ ਮਨ ਵਿੱਚ ਡਰ ਆ ਗਿਆ ਹੋਏਗਾ, ਉਹਨਾਂ ਨੂੰ ਪਤਾ ਲੱਗ ਚੁੱਕਿਆ ਹੋਏਗਾ ਕਿ ਹਾਂ ਹੁਣ ਅਗਰ ਅਸੀਂ ਕੁਝ ਗਲਤ ਕਰਾਂਗੇ ਤਾਂ ਸਾਡੇ ਨਾਲ ਵੀ ਗਲਤ ਹੋ ਸਕਦਾ ਹੈ, ਕਿਉਂਕਿ ਜਿਵੇਂ ਆਪਾਂ ਰੋਡਸ 'ਤੇ ਜਾਂਦੇ ਹਾਂ ਕੁੜੀਆਂ ਸੇਫਲੀ ਨਹੀਂ ਮਹਿਸੂਸ ਕਰਦੀਆਂ ਆਪਦੇ ਆਪ ਨੂੰ, ਚਾਹੇ ਉਹ ਮੋਰਨਿੰਗ ਟਾਈਮ ਹੋਵੇ ਚਾਹੇ ਉਹ ਨਾਈਟ ਟਾਈਮ ਹੋਵੇ। ਬਟ ਹੁਣ ਜਿਵੇਂ ਆਪਾਂ ਜਿਹੜਾ ਹੁਣ ਇਨਕਾਊਂਟਰ ਹੋਇਆ ਪੁਲਿਸ ਵਿੱਚ ਫੇਥ ਆ ਚੁੱਕੀ ਹੈ, ਤਾਂ ਹੁਣ ਲੜਕੇ ਡਰਨਗੇ ਕਿ ਹਾਂ ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ, ਸਾਡੇ ਨਾਲ ਵੀ ਹੋ ਜਾਏਗਾ ਅਗਰ ਅਸੀਂ ਇੱਦਾਂ ਕਰਾਂਗੇ। ਅਗਰ ਇਨਕਾਊਂਟਰ ਦੇਖ ਕੇ ਮਤਲਬ ਮੇਰੇ ਅਕੋਰਡਿੰਗ ਠੀਕ ਹੈ ਇਨਕਾਊਂਟਰ ਵਧੀਆ ਸੀਗਾ, ਬਟ ਦੇ ਡਿਜ਼ਰਵ ਮੋਰ ਪਨਿਸ਼ਮੈਂਟ ਦੈਨ ਦੈਟ ਮੇਰੇ ਅਕੋਰਡਿੰਗ, ਕਿ ਜਿਵੇਂ ਉਹਨਾਂ ਨੇ ਪਨਿਸ਼ਮੈਂਟ ਜਿਵੇਂ ਉਹ ਇੰਨਾ ਤੜਫੀ ਹੈ ਉਹਨੂੰ ਉਨਾ ਕੁ ਤਾਂ ਫੀਲ ਹੋਣਾ ਚਾਹੀਦਾ ਨਾ ਓਫੈਂਡਰ ਨੂੰ, ਜਿੰਨਾ ਕੁ ਉਹਨੇ ਦੂਜੇ ਨੂੰ ਤੜਪਾਇਆ ਉਹਨਾਂ ਕੋਲ ਖੁਦ ਵੀ ਤੜਪਣਾ ਚਾਹੀਦਾ ਸੀਗਾ। ਇੱਕ ਲੜਕੀ ਹੋਣ ਦੇ ਨਾਤੇ ਕੀ ਸੋਚਦੇ ਹੋ ਸਜ਼ਾ ਜੋ ਉਹਨਾਂ ਨੂੰ ਮਿਲੀ ਹੈ, ਜਾਂ ਕਿਹਾ ਜਾਵੇ ਲੋਕ ਖੁਸ਼ ਨੇ ਲੋਕਾਂ ਦਾ ਸਾਥ ਅੱਜ ਪੁਲਿਸ ਦੇ ਨਾਲ ਹੈ, ਪਰ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਕੀ ਮੰਨਦੇ ਹੋ ਹੁਣ ਕੀ ਕੁਛ ਚੇਂਜ ਇਸ ਟਾਈਮ ਹੋਣਾ ਚਾਹੀਦਾ ਨਿਆਂ ਪਾਲਿਕਾ 'ਚ? ਜੀ ਸਰ, ਕੁਛ ਕੁ ਚੇਂਜ ਹੋਣੇ ਚਾਹੀਦੇ ਆ, ਜਿਹੜੇ ਹਜੇ ਕੁਛ ਕੁ ਲੋ ਵੀ ਪਹਿਲਾਂ ਇਵੇਂ ਨਹੀਂ ਸੀਗੇ, ਥੋੜ੍ਹੇ ਜਿਹੇ ਹੋਰ ਸਖਤ ਹੋਣੇ ਚਾਹੀਦੇ ਆ, ਜਿਹਦੇ ਨਾਲ ਵੀ ਬੋਆਇਜ਼ ਨੂੰ ਵੀ ਇੱਦਾਂ ਸਭ ਕੁਛ ਕਰਨ ਤੋਂ ਵੀ ਇੱਕ ਵਾਰ ਡਰ ਉਹਨਾਂ ਦੇ ਮਨ ਵਿੱਚ ਹੋਵੇ, ਵੀ ਉਹਨਾਂ ਨੂੰ ਵੀ ਗਰਲਜ਼ ਬਾਰੇ ਕੁਛ ਵੀ ਇੱਦਾਂ ਗਲਤ ਨਾ ਸੋਚਣ ਬਾਰੇ ਵੀ ਉਹ ਹੋਣ, ਅਤੇ ਕੋਈ ਵੀ ਗਰਲਜ਼ ਆ ਜਿਵੇਂ ਕਿ ਵੀ ਕੋਈ ਵੀ ਕੱਪੜੇ ਪਾ ਕੇ ਵੀ ਬਾਹਰ ਜਾਂਦੀ ਆ, ਵੀ ਉਹਨੂੰ ਇਹ ਨਹੀਂ ਹੁੰਦਾ ਵੀ ਉਹਨੂੰ ਇਹ ਡਰ ਨਾ ਉਹਦੇ ਮਨ ਵਿੱਚ ਹੋਵੇ ਵੀ ਉਹ ਕਿਵੇਂ ਜਾ ਰਹੀ ਆ, ਉਹ ਇਕੱਲੀ ਜਾ ਰਹੀ ਆ ਜਾਂ ਕਿਵੇਂ ਆ, ਉਹਨੇ ਉਹਦੇ ਨਾਲ ਉਹਦਾ ਸਾਥ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ, ਇਹ ਆਪਣੀ ਵੀ ਸੋਚ ਹੋਣੀ ਚੰਗੀ ਹੋਣੀ ਚਾਹੀਦੀ ਆ ਸਭ ਦੀ। ਥੈਂਕ ਯੂ ਸਰ। ਤੁਹਾਡਾ ਕੀ ਨਾਮ? ਜੋਤਿਕਾ। ਜੋਤਿਕਾ ਜੀ, ਹੁਣ ਇੱਕ ਚੇਂਜ ਦਾ ਦੌਰ ਸ਼ੁਰੂ ਹੋ ਰਿਹਾ ਹੈ, ਹੁਣ ਕਿਤੇ ਨਾ ਕਿਤੇ ਹੁਣ ਬੇਸ਼ੱਕ ਐਸ ਵੀ ਜੁਡੀਸ਼ੀਅਲ ਜਾਂਚ ਵੀ ਬੈਠੂਗੀ, ਸਾਰਾ ਕੁਛ ਹੋਵੇਗਾ, ਪਰ ਕਿਤੇ ਕਿਤੇ ਲੱਗਦਾ ਵੀ ਹੁਣ ਰਸਤਾ ਜੋ ਸੀਗਾ ਉਹ ਸਹੀ ਹੈ ਜਾਂ ਗਲਤ ਸ਼ੁਰੂ ਹੋਇਆ? ਸਰ, ਜਿਹੜਾ ਰਸਤਾ ਉਹਨਾਂ ਨੇ ਅਪਣਾਇਆ ਹੈ ਨਾ ਕਿ ਉਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਗਿਆ, ਉਹ ਇੱਕ ਟਾਈਮ 'ਤੇ ਠੀਕ ਆ, ਚੇਂਜ ਆ ਰਿਹਾ, ਕਿਉਂਕਿ ਇਸ ਵਾਰ ਲੋਕਾਂ ਦੇ ਵਿੱਚ ਗੁੱਸਾ ਸੀਗਾ, ਗੁੱਸਾ ਉਦੋਂ ਵੀ ਸੀਗਾ ਜਦੋਂ 2012 ਦਾ ਗੈਂਗਰੇਪ ਹੋਇਆ ਸੀਗਾ, ਲੇਕਿਨ ਉਹ ਕਿਤੇ ਨਾ ਕਿਤੇ ਕੈਂਡਲ ਮਾਰਚਸ ਕਰਕੇ ਉਹ ਉੱਥੇ ਹੀ ਦੱਬ ਗਿਆ, ਲੇਕਿਨ ਇਸ ਵਾਰ ਦਾ ਜਿਹੜਾ ਗੁੱਸਾ ਸੀਗਾ ਉਹ ਡੈਫੀਨੇਟਲੀ ਬਹੁਤ ਹਾਈ ਲੈਵਲ ਦਾ ਸੀਗਾ, ਚੇਂਜ ਆਇਆ ਲੋਕਾਂ ਵਿੱਚ। ਬਟ ਆਈ ਥਿੰਕ ਕਿ ਜਿਹੜਾ ਲਾਅ ਹੈਗਾ ਉਹ ਸਟ੍ਰਿਕਟ ਹੋਏਗਾ, ਬਟ ਨਾਲ ਦੀ ਨਾਲ ਆਪਾਂ ਨੂੰ ਅਗਰ ਆਪਾਂ ਗੱਲ ਕਰੀਏ ਤਾਂ ਛੋਟੇ ਬੱਚਿਆਂ ਤੋਂ ਹੀ ਮੋਰਲ ਐਜੂਕੇਸ਼ਨ ਅਤੇ ਸੈਕਸ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ ਅਤੇ ਲੋਕਾਂ ਦੀ ਸੋਚ ਨੂੰ ਚੇਂਜ ਕੀਤਾ ਜਾਵੇ ਉੱਥੇ। ਮੋਰਲ ਐਜੂਕੇਸ਼ਨ ਦੀ ਗੱਲ ਕੀਤੀ ਇਹਨਾਂ ਨੇ, ਬੱਚਿਆਂ ਨੂੰ ਬੈਡ ਟੱਚ ਗੁੱਡ ਟੱਚ ਬਾਰੇ ਦੱਸਣਾ ਜਿੱਥੇ ਜ਼ਰੂਰੀ ਹੈ ਉੱਥੇ ਹੀ ਕੁਛ ਫਰਜ਼ ਹੁੰਦੇ ਹੈ ਜਿਨ੍ਹਾਂ ਤੋਂ ਕਿ ਅੱਜ ਅਸੀਂ ਲੋਕ ਪਿੱਛੇ ਹਟ ਰਹੇ ਹਾਂ। ਬੇਸ਼ੱਕ ਅੱਜ ਉਹ ਰੋਲ ਅਦਾ ਕਰ ਰਹੀ ਹੈ ਪੁਲਿਸ, ਕਿਤੇ ਨਾ ਕਿਤੇ ਇੱਕ ਚਿਹਰਾ ਪੁਲਿਸ ਦਾ ਬਦਲਦਾ ਨਜ਼ਰ ਆ ਰਿਹਾ, ਤੁਸੀਂ ਕੀ ਸਮਝਦੇ ਇਸ ਪੂਰੇ ਮਾਮਲੇ 'ਤੇ? ਸਰ, ਜਿਵੇਂ ਕਿ ਇਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਦੇਣੀ ਚਾਹੀਦੀ ਹੈ, ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਐਗਰੀ ਹਾਂ, ਬਿਕੋਜ਼ ਗੱਲ ਇਹ ਨਹੀਂ ਹੁੰਦੀ ਹੈ ਜਿਵੇਂ ਉਹਨਾਂ ਨੇ ਦੱਸਿਆ ਕਿ ਕੱਪੜੇ ਛੋਟੇ ਪਾ ਕੇ ਕੁੜੀ ਬਾਹਰ ਨਿਕਲਦੀ ਹੈ, ਲੋਕਾਂ ਨੂੰ ਆਪਣੇ ਕੱਪੜੇ ਛੋਟੇ ਮਤਲਬ ਚੇਂਜ ਕਰਨ ਦੀ ਲੋੜ ਨਹੀਂ ਹੈ, ਲੋਕਾਂ ਨੂੰ ਆਪਣੀ ਸੋਚ ਚੇਂਜ ਕਰਨ ਦੀ ਲੋੜ ਹੈ, ਜੋ ਰੇਪੀਅਸਟ ਹੈ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਤਲਬ ਪਨਿਸ਼ਮੈਂਟ ਦੀ ਲੋੜ ਹੈ, ਉਹਨਾਂ ਨੂੰ ਮਾਫ਼ੀ ਨਹੀਂ ਹੋਣੀ ਚਾਹੀਦੀ। ਮੇਰਾ ਨਾਮ ਕਨੀਜਾ। ਹਾਂਜੀ, ਕੀ ਕਹਿਣਾ ਤੁਸੀਂ? ਮੈਨੂੰ ਲੱਗਦਾ ਉਹਨਾਂ ਦੇ ਲਈ ਸਟ੍ਰਿਕਟ ਤੋਂ ਸਟ੍ਰਿਕਟ ਲਾਅ ਬਣਾਉਣੇ ਚਾਹੀਦੇ ਆ, ਤਾਂ ਕਿ ਅੱਗੇ ਤੋਂ ਕੋਈ ਵੀ ਇੱਦਾਂ ਦਾ ਕੁਛ ਨਾ ਕਰ ਸਕੇ। ਤਾਂ ਇਹ ਬੱਚੇ ਜੋ ਨੇ ਕਾਨੂੰਨ ਦੀ ਪੜ੍ਹਾਈ ਇੱਥੇ ਕਰ ਰਹੇ ਨੇ, ਅਸੀਂ ਲਾਅ ਕਾਲਜ ਵਿੱਚ ਇਸ ਵਕਤ ਖੜ੍ਹੇ ਹਾਂ ਜਿੱਥੇ ਕਿ ਇਹਨਾਂ ਨੇ ਆਪਦੀ ਰਾਏ ਰੱਖੀ ਹੈ। ਕਾਨੂੰਨ ਦੀ ਗੱਲ ਕਰ ਲੈਂਦੇ ਹਾਂ ਤਾਂ ਬੇਸ਼ੱਕ ਕਾਨੂੰਨ ਦਾ ਆਪਣਾ ਕੰਮ ਹੈ, ਆਪਦਾ ਤਰੀਕਾ ਹੈ ਕੰਮ ਕਰਨ ਦਾ, ਪਰ ਅੱਜ ਲੋਕਾਂ ਦੀ ਜੋ ਹੈ ਗੱਲ ਕਹੀ ਜਾਵੇ ਤਾਂ ਫੀਲ ਜੋ ਲੋਕਾਂ ਦੀ ਹੈ ਉਹ ਕਿਤੇ ਨਾ ਕਿਤੇ ਅੱਜ ਹੈਦਰਾਬਾਦ ਪੁਲਿਸ ਦੇ ਨਾਲ ਖੜੀ ਹੈ। ਕਿ ਜਿੱਥੇ ਨਿਰਭਿਆ ਦੀ ਮਾਤਾ ਦੀ ਗੱਲ ਕਰੀਏ ਤਾਂ ਉਸਦਾ ਵੀ ਇਹੀ ਕਹਿਣਾ ਇਸ ਪੂਰੇ ਮਾਮਲੇ 'ਤੇ ਕਿ ਉਹ ਇੰਤਜ਼ਾਰ ਕਰ ਰਹੇ ਨੇ ਅਤੇ ਜੋ ਹੁਣ ਪੁਲਿਸ ਨੇ ਕੀਤਾ ਉਹ ਬਿਲਕੁਲ ਠੀਕ ਕੀਤਾ ਹੈ। ਫਿਲਹਾਲ ਵੇਖਦੇ ਹਾਂ ਕਿ ਇਸ ਤੋਂ ਬਾਅਦ ਜੋ ਹੈ ਲੋਕਾਂ ਦੇ ਮਨ ਵਿੱਚ ਪੁਲਿਸ ਦੇ ਪ੍ਰਤੀ ਰਵੱਈਆ ਜੋ ਹੈ ਉਹ ਕਿਸ ਤਰੀਕੇ ਦਾ ਰਹੇਗਾ, ਕਿਉਂਕਿ ਅੱਜ ਦੀ ਗੱਲ ਕਰੀਏ ਤਾਂ ਹੈਦਰਾਬਾਦ ਪੁਲਿਸ ਦੀ ਅੱਜ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹੈਦਰਾਬਾਦ ਵਿੱਚ ਪੁਲਿਸ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।